ਅਸਲ ਬਿਜ਼ਨਸ ਹੈ ਜਿਹਦੇ ਵਿੱਚ ਮਤਲਬ ਕਿ ਤੁਸੀਂ ਨਾ ਆਪਣੀ ਕੋਈ ਇਨਵੈਸਟਮੈਂਟ ਐਡੀ ਖਾਸ ਕਰਨੀ ਹੈ ਤੇ ਰਿਟਰਨ ਹੀ ਰਿਟਰਨ ਹੈ। ਇਹ ਦੱਸੋ ਕਿ ਕੀ ਆਪਣੇ ਜਿਹੜੇ ਬਿਜ਼ਨਸਮੈਨ ਉਹਨਾਂ ਨੂੰ ਪੋਲਿਟਿਕਸ ਦੇ ਵਿੱਚ ਹੋਣਾ ਚਾਹੀਦਾ? ਉਹ ਬੰਦਾ ਜਿਹਦੇ ਕੋਲ ਬੇਤਹਾਸ਼ਾ ਪੈਸਾ ਹੈ, ਉਹ ਬੰਦਾ ਉਹਨਾਂ ਲੋਕਾਂ ਦੀ ਨੁਮਾਇੰਦਗੀ ਕਰ ਰਿਹਾ ਹੈ ਜਿਹੜੇ ਰੋਟੀ ਖਾਣ ਨੂੰ ਮਜਬੂਰ। ਉਹ ਗੱਲ ਸਰ ਮੈਂ ਕਹਿੰਦਾ ਨਾ ਬਿਜ਼ਨਸ ਨੂੰ ਤੱਕਣਾ ਚਾਹੀਦਾ, ਨਾ ਬੈਕਗ੍ਰਾਉਂਡ ਨੂੰ ਤੱਕਣਾ ਚਾਹੀਦਾ। ਦੇਖੋ ਨਾ, ਕਈ ਬੰਦੇ ਆਉਂਦੇ ਨੇ ਮਰੂਸੀ ਸਿਆਸਤ ਦੇ ਅੱਗੇ ਪਿੱਛੇ, ਮੈਂ ਸਮਝਦਾ ਤੱਕਣਾ ਚਾਹੀਦਾ ਮੈਰਿਟ ਨੂੰ। ਹੁਣ ਮੈਰਿਟ ਕੀ, ਕਿ ਜਿਸ ਅਦਾਰੇ ਤੇ ਜਾਂ ਜਿਸ ਅਹੁਦੇ ਤੇ ਜਿਹੜਾ ਬੰਦਾ ਬੈਠਾ ਹੈ, ਕਿਆ ਉਹ ਉਹਨੂੰ ਉਸ ਅਦਾਰੇ ਦਾ ਜਾਂ ਉਸ ਮਤਲਬ ਇੱਕ ਜਗ੍ਹਾ ਦਾ ਐਕਸਪਰਟੀਜ਼ ਐਕਸਪੀਰੀਅੰਸ ਹੈ? ਹੁਣ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਬਿਜ਼ਨਸਮੈਨ, ਹੁਣ ਬਿਜ਼ਨਸਮੈਨ ਦਾ ਬੱਚਾ, ਬਿਜ਼ਨਸਮੈਨ ਜਿਹੜੀ ਸੱਚੀ ਗੱਲ ਹੈ, ਬਿਜ਼ਨਸਮੈਨ ਤੇ ਸਿਆਸਤ 'ਚ ਆਉਂਦਾ ਹੀ ਨਹੀਂ, ਕਿਉਂਕਿ ਬਿਜ਼ਨਸਮੈਨ ਦੇ ਤੇ ਸੋਚ ਆਉਂਦੀ ਰੁਪਈਏ ਨਾਲ ਰੁਪਈਆ ਕਮਾਉਣਾ। ਠੀਕ ਹੈ, ਹੁਣ ਸਿਆਸਤ 'ਚ ਜੇ ਤੁਸੀਂ ਕਹਿ ਰਹੇ ਹੋ ਬਿਜ਼ਨਸਮੈਨ ਜਾਂਦੇ ਨੇ, ਤੇ ਉਹ ਤਾਂ ਹੀ ਜਾਂਦੇ ਨੇ ਕਿਉਂਕਿ ਜੋ ਲਾਸਟ 70 ਈਅਰਸ ਦਾ ਜੋ ਸਿਸਟਮ ਬਣਿਆ ਪਾਕਿਸਤਾਨ 'ਚ, ਉਹਦੇ 'ਚ ਉਹਨਾਂ ਨੂੰ ਪਤਾ ਹੈ ਕਿ ਅਸਲ ਬਿਜ਼ਨਸ ਹੈ ਜਿਹਦੇ ਵਿੱਚ ਮਤਲਬ ਕਿ ਤੁਸੀਂ ਨਾ ਆਪਣੀ ਕੋਈ ਇਨਵੈਸਟਮੈਂਟ ਐਡੀ ਖਾਸ ਕਰਨੀ ਹੈ ਤੇ ਰਿਟਰਨ ਹੀ ਰਿਟਰਨ ਹੈ। ਬਿਜ਼ਨਸਮੈਨ ਤਾਂ ਹੀ ਦੇਖਦਾ ਜਿਹਦੇ 'ਚ ਮੇਰਾ ਲੀਸਟ ਇਨਵੈਸਟਮੈਂਟ ਮੈਕਸੀਮਮ ਆਊਟਪੁੱਟ। ਤੇ ਇਹ ਬੜਾ ਸ਼ਰਮਨਾਕ ਸਾਡੇ ਮੁਲਕ ਵਾਸਤੇ ਆਲਮੀ ਹੈ ਕਿ ਜਿਸ ਤਰ੍ਹਾਂ ਦਾ ਇਹਨਾਂ ਨੇ ਮਤਲਬ ਇੱਕ ਸਿਸਟਮ ਬਣਾ ਛੱਡਿਆ। ਤੇ ਲੇਕਿਨ ਮੈਂ ਫਿਰ ਵੀ ਇਹ ਸਮਝਣਾ, ਗੱਲ ਬਿਜ਼ਨਸਮੈਨ ਦੀ ਨਹੀਂ ਹੈ, ਗੱਲ ਪੋਲੀਟੀਸ਼ੀਅਨ ਦੇ ਸੰਦ। ਜਿਸ ਤਰ੍ਹਾਂ ਮੈਂ ਮਿਸਾਲ ਦਿੰਦਾ ਇੱਥੇ ਦੋਸਤਾਂ ਨੂੰ, ਕ੍ਰਿਸਟੀਆਨੋ ਰੋਨਾਲਡੋ, ਤੁਹਾਨੂੰ ਪਤਾ ਦੁਨੀਆ ਦਾ ਬੈਸਟ ਫੁੱਟਬਾਲ ਪਲੇਅਰ ਹੈ। ਹੁਣ ਕ੍ਰਿਸਟੀਆਨੋ ਰੋਨਾਲਡੋ ਦਾ ਬੱਚਾ ਜਿਹੜਾ 5 ਸਾਲ ਦਾ ਹੈ, ਉਹਨੇ ਆਪਣੇ ਅੱਬੇ ਕੋਲੋਂ ਫੁੱਟਬਾਲ ਤੱਕਿਆ, ਫੁੱਟਬਾਲ ਸਿੱਖਿਆ, ਟ੍ਰੇਨਿੰਗ ਰਜੀਮ ਸਿੱਖੀ ਹੈ, ਉਹ ਸਕਿੱਲ ਸਿੱਖੇ ਨੇ। ਹੁਣ ਉਹਨੇ ਜਦੋਂ 12 ਸਾਲ ਜਾਂ 14 ਸਾਲ ਜਾਂ 16 ਸਾਲ ਦੀ ਉਮਰ 'ਚ, ਉਹ ਉਹਨੂੰ ਅੱਛਾ ਮੌਕਾ ਹੋਵੇਗਾ ਉਹਦੇ ਕੋਲ ਇੱਕ ਅੱਛਾ ਫੁੱਟਬਾਲਰ ਬਣਨ ਦਾ, ਕਿਉਂਕਿ ਉਹਦੇ ਵਾਲਦ ਸਾਹਿਬ ਇੱਕ ਉਸ ਫੀਲਡ 'ਚ ਰਹੇ ਨੇ, ਉਹਨੇ ਉਹ ਚੀਜ਼ ਤੱਕੀ ਹੈ। ਲਿਹਾਜ਼ਾ ਇੰਝ ਹੀ ਸਿਆਸਤਦਾਨ ਕੋਈ ਹੋਵੇ, ਉਹਦੇ ਬੇਟੇ ਨੂੰ ਜ਼ਿਆਦਾ ਚਾਂਸ ਨੇ, ਕਿਉਂਕਿ ਉਹਨੇ ਵੀ ਵੱਡਿਆ ਹੁੰਦਿਆਂ ਇਹ ਹੀ ਐਕਸਪੀਰੀਅੰਸ ਕੀਤਾ। ਉਹਦੇ ਮਤਲਬ ਜ਼ਾਹਿਰ ਹੈ ਅੱਛੇ ਹਾਲਾਤ, ਦੇਖੋ ਗਲਤ ਵੀ ਬੰਦੇ, ਮੈਂ ਗੱਲ ਓਵਰਆਲ ਕਰ ਰਿਹਾ ਕਿ ਜਿੰਨੇ ਮਿਸਾਲ ਉੱਚੋ ਹਿਸਾਨ ਲਾਈ ਸਾਹਿਬ ਤੁਸੀਂ ਤੱਕੋ, ਯੰਗਸਟ MNA ਇਨ ਦਾ ਪਾਰਲੀਮੈਂਟ, 26 ਸਾਲ, ਹਰ ਸ਼ੈ ਹੁੰਦਿਆਂ ਸੁਣਦਿਆਂ ਉਹਨਾਂ ਕੋਲ, ਮਤਲਬ ਕਿ ਮੈਂ ਤੇ ਕਈ ਵਾਰੀ ਉਹਨਾਂ ਨੂੰ ਮਜ਼ਾਕ ਕਹਿਣਾ, ਮੈਂ ਕਹਿੰਦਾ ਸੁਚੋਈ ਸਾਹਿਬ ਸਾਡੀ ਉਮਰ ਤੇ ਕਿਹੜੇ ਲਾਸ ਏਂਜਲਸ 'ਚ ਪੀਣਾ ਕਲਾਡਾ ਪੀਣ ਦੀ ਹੈ, ਮਤਲਬ ਕਿ ਇੰਜੋਏ ਕਰਨ ਦੀ, ਲੇਕਿਨ ਤੁਸੀਂ ਇਤਨੇ ਮਤਲਬ ਕਿ ਐਫਰਟ ਨਾਲ, ਉਹ ਸਿਰਫ ਉਹ ਹੀ ਬੰਦਾ ਕਰ ਸਕਦਾ ਹੈ ਜਿਹੜਾ ਬੰਦਾ ਇੱਕ ਵਿਜ਼ਨ ਰੱਖਦਾ, ਇੱਕ ਮਿਸ਼ਨ ਰੱਖਦਾ, ਦਿਲ 'ਚ ਅਹਿਸਾਸ ਰੱਖਦਾ। ਮੇਰੇ ਵੀ ਦੇਖੋ, ਮੈਨੂੰ ਵੀ ਕਿਸੇ ਕਿਸਮ ਦੀ ਕੋਈ ਲੋੜ ਨਹੀਂ ਮਿਸਾਲ ਤੌਰ ਤੇ ਆਪਣੇ ਪਿੰਡ ਤੇ ਆਪਣੇ ਡੇਰੇ ਤੇ ਆਪਣੇ ਬੰਦਿਆਂ ਨਾਲ ਬਹਿਣ ਦੀ ਤੁਰਨ ਦੀ। ਮੈਂ 40 ਸਾਲ ਇੱਥੇ ਇੰਜੋਏ ਕਰਾਂ, ਅੱਗੇ ਪਿੱਛੇ 35-35 ਮੁਲਕ ਅੱਗੇ ਫਿਰਿਆ, ਹੋਰ ਬੰਦਾ ਫਿਰੇ, ਇੰਜੋਏ ਕਰੇ, ਲੇਕਿਨ ਉਹ ਅਹਿਸਾਸ ਦਿੱਤਾ ਹੈ ਨਾ, ਮੈਂ ਮੇਰੇ ਦਿਲ 'ਚ ਇਸ ਗੱਲ ਦਾ ਅਹਿਸਾਸ ਹੈ ਕਿ ਕਿਉਂ ਨਹੀਂ, ਮੈਂ ਇੱਕ ਪ੍ਰਾਊਡ ਪਾਕਿਸਤਾਨੀ ਹਾਂ। ਮੈਂ ਇੱਥੇ ਜਦੋਂ ਰਿਹਾ ਇੱਥੇ ਕਾਲਜਿਸ 'ਚ, ਤੇ ਅਸੀਂ ਗੋਰਿਆਂ ਨਾਲ ਸਾਰਿਆਂ ਨਾਲ ਮੁਕਾਬਲਾ, ਮੈਂ ਉਹਨੂੰ ਆਖਦਾ, ਮੈਂ ਆਖਦਾ ਤੁਸੀਂ ਮੱਥਾ ਜੇ ਮੇਰੇ ਨਾਲ ਲਾਣਾ ਜੇ ਤੇ ਤੱਕ ਕੇ ਲਾਣਾ ਜੇ, ਮੈਂ ਪਾਕਿਸਤਾਨੀ ਹਾਂ ਜ਼ਿਹਨ 'ਚ ਰੱਖਣਾ ਜੇ। ਇਸ ਟਾਈਮ ਤੁਸੀਂ ਪੂਰੇ ਦੁਨੀਆ 'ਚ ਤੱਕੋ, 125 ਮੁਲਕਾਂ 'ਚ 4th ਨੰਬਰ 'ਚ ਪਾਕਿਸਤਾਨੀ ਨੇ ਇੰਟੈਲੀਜੈਂਸ ਦੇ ਹਿਸਾਬ 'ਚ। ਦੁਨੀਆ ਦੇ ਤੁਸੀਂ ਪੂਲ ਆਫ ਡਾਕਟਰਸ ਐਂਡ ਇੰਜੀਨੀਅਰਸ ਤੁਸੀਂ ਦੇਖ ਲਓ, ਪਾਕਿਸਤਾਨੀ ਸਭ ਤੋਂ ਜ਼ਿਆਦਾ ਨੇ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਜਿੱਥੇ ਸਾਨੂੰ ਪਾਕਿਸਤਾਨੀਆਂ ਨੂੰ ਮੌਕਾ ਦਵੋਗੇ ਮੈਰਿਟ ਤੇ, ਸਾਨੂੰ ਤੁਸੀਂ ਦਵੋਗੇ ਪਲੇ ਜਗ੍ਹਾ, ਅਸੀਂ ਦੁਨੀਆ 'ਚ ਸਭ ਤੋਂ ਨੰਬਰ 1 ਆਵਾਂਗੇ। ਇਸੇ ਗੱਲ ਦਾ ਅਫਸੋਸ ਹੈ ਪਾਕਿਸਤਾਨ 'ਚ ਜਾਂਦੇ ਹਾਂ, 22 ਕਰੋੜ ਸਾਡੇ ਹੀਰੋ ਬੈਠੇ ਨੇ ਉੱਥੇ, 22 ਕਰੋੜ ਵੱਧ ਤੋਂ ਵੱਧ ਹੈ, ਜਰਨਲਿਸਟ ਟੋਪ ਟੂ ਟੋਪ, ਸਾਇੰਟਿਸਟ ਟੋਪ ਟੂ ਟੋਪ, ਲੇਕਿਨ ਕਿਉਂਕਿ ਕਰਪਸ਼ਨ ਹੈ, ਕਿਉਂਕਿ ਮੈਰਿਟ ਕੋਈ ਨਹੀਂ, ਸਭ ਜ਼ਾਇਆ ਜਾ ਰਿਹਾ। ਜਿਹੜੇ ਬਾਹਰ ਆ ਜਾਂਦੇ ਨੇ ਉਹ ਸਕਸੈਸਫੁਲ ਹੁੰਦੇ ਨੇ, ਕਿਉਂਕਿ ਇੱਥੇ ਉਹਨਾਂ ਨੂੰ ਮੈਰਿਟ ਮਿਲਦਾ, ਇੱਥੇ ਉਹਨਾਂ ਨੂੰ ਹਰ ਚੀਜ਼ ਦਾ ਫੈਸਿਲਿਟੀਜ਼ ਮਿਲਦੀਆਂ ਨੇ। ਤੇ ਮੈਂ ਚਾਹੁੰਦਾ ਉਹ ਫੈਸਿਲਿਟੀਜ਼ ਸਾਡੇ ਪਿੰਡਾਂ 'ਚ, ਸਾਡੇ ਸ਼ਹਿਰਾਂ 'ਚ ਆਵਣ, ਤੇ ਅਸੀਂ ਦੁਨੀਆ ਦੀ ਜਿਹੜਾ ਹਾਨ ਆਉਂਦਾ ਨਾ, ਸੁਪਰ ਪਾਵਰ ਬਣਾਂਗੇ, ਉਹ ਬਣਾਂਗੇ।